कानू बिन दाह के पाली
Oh, yeah.
जल मथिए जल देखिए भाई खोज विच जाने ते कुछ विचारवान लोग एक गल कहंदे ने ए मनुखी टकराव नहीं ए विचारधारिक टकराव है ते आखदे ने ब्राह्मणिज्म साडे ते काबज हो रहा है नहीं होया ते सुधारिक लहर अज ही नहीं चल रही असी ज्यादा तो ज्यादा निगाह मारने तो गुरु नानक तो भाई गुरु नानक ने ब्राह्मणिज्म के खिलाफ चैलेंज किया जिथों टकराव शुरू होया नहीं ये भी नहीं गुरु नानक ने इस लहर जथेबंद किया है इकट्ठा किया है नहीं तो मैं रात अर्ज की सी बाबा नामदेव गुरु नानक तो भी 200 साल पहला हुए ने
ਦੋ ਸੌ ਵਰਾ ਪਹਿਲਾਂ ਹੋਏ ਉਹਨਾਂ ਵੀ ਕਹਿ ਦਿੱਤਾ ਸ਼ਿਵ ਸ਼ਿਵ ਕਰਤੇ ਜੋ ਨਰ ਦਿਹਾਵੇ ਮਰਦ ਚਰੇ ਡੋਰੂ ਬਿਪਕਾਵੇ ਮਾਂ ਮਾਈ ਕੀ ਪੂਜਾ ਕਰੇ ਨਰ ਸੇ ਨਰ ਹੋਇਆ ਤਰੇ ਤੁਮ ਕਹੀਏ ਤੋ ਆਦ ਭਵਾਨੀ ਮੁਖ ਕੀ ਵਰੀਆ ਕਾਂ ਛੁਪਾਨੀ ਪਰ ਨਵੇਂ ਨਾਮ ਆਇਓ ਉਹਨੇ ਵੀ ਆਖ ਦਿੱਤਾ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਵਤ ਦੇਖਿਆ ਤਾ ਰਾਵਣ ਸੇ ਦੋ ਸੌ ਸਾਲ ਗੁਰੂ ਨਾਨਕ ਤੋਂ ਵੀ ਪਹਿਲਾਂ ਹੋਇਆ ਅੱਜ ਜਿਹੜਾ ਸ਼ਬਦ ਸ਼ੁਰੂ ਹੋਇਆ ਭੇਟ ਕਰ ਰਿਹਾ ਕਿਉਂਕਿ ਵਿਚਾਰਧਾਰਿਕ ਸਾਂਝ ਹੈ ਇਹ ਭਗਤ ਤ੍ਰਿਲੋਚਨ ਦਾ ਸ਼ਬਦ ਹੈ ਤ੍ਰਿਲੋਚਨ ਇਤਿਹਾਸ ਹਿਸਟਰੀ ਦੇ ਮੁਤਾਬਕ ਤ੍ਰਿਲੋਚਨ ਤੇ ਨਾਮਦੇਵ ਸਮਕਾਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਅਨੇਕਾਂ ਥਾਵਾਂ ਤੇ ਇਸਦੀ ਸਾਂਝ ਦਾ ਸਮਕਾਲੀ ਹੋਣ ਦਾ ਸਬੂਤ ਹੈ ਆਪਸ ਵਿੱਚ ਸਵਾਲ ਜਵਾਬ ਵੀ ਨੇ ਨਾਮਾ ਮਾਇਆ ਮੋਇਆ ਕਹਿ ਤ੍ਰਿਲੋਚਨ ਮੀਤ ਕਾਹੇ ਸੀ ਪੁੱਛਾਇ ਲੋ ਰਾਮ ਨਾਲਾ ਬਚੀਤ ਤੇ ਜਵਾਬ ਵਿੱਚ ਨਾਮ ਦੇਵ ਤ੍ਰਿਲੋਚਨ ਨੂੰ ਕਹਿੰਦਾ ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕੰਮ ਸਵਚੀਤ ਨਿਰੰਜਨ ਨਾਲ ਇਹਦਾ ਮਤਲਬ ਸਮਕਾਲੀ ਨੇ ਦੋ ਸੌ ਵਰੇ ਪਹਿਲਾਂ ਜੇ ਨਾਮ ਦੇਵ ਹੋਇਆ ਤੇ ਦੋ ਸੌ ਵਰੇ ਪਹਿਲਾਂ ਤ੍ਰਿਲੋਚਨ ਵੀ ਹੋਇਆ ਅਜੀਬ ਘਟਨਾ ਹੈ ਕਿ ਗੁਰੂ ਨਾਨਕ ਦੇ ਵਕਤ ਜੇ ਭੁੱਲਿਆ ਹੋਈ ਭੁੱਲੀ ਹੋਈ ਰਾਜਨੀਤੀ ਨੂੰ ਗੁਰੂ ਨਾਨਕ ਸੰਬੋਧਨ ਕਰਦੇ ਨੇ ਬਾਬਰ ਵਾਣੀ ਦੇ ਲਫ਼ਜ਼ਾਂ ਵਿੱਚ ਕਿ ਪਾਪ ਕੀ ਜਾਂਜਲ ਹੈ ਕਾਬਲੋਂ ਦਾ ਵਕਤ ਦੇ ਬਾਦਸ਼ਾਹਤ ਨੂੰ ਸੁਧਾਰ ਲਈ ਜ਼ਰੂਰੀ ਸੀ ਸਮਾਜ ਦੇ ਸੁਧਾਰ ਲਈ ਰਾਜਨੀਤੀ ਦਾ ਸੁਧਾਰ ਵੀ ਜ਼ਰੂਰੀ ਜੇ ਗੁਰੂ ਨਾਨਕ ਕਰਦੇ ਨੇ ਤਾਂ ਤ੍ਰਿਲੋਚਨ ਦੇ ਸ਼ਬਦ ਵਿੱਚ ਵੀ ਇੱਕ ਲਫ਼ਜ਼ ਆ ਗਿਆ ਮੈਂ ਹੈਰਾਨ ਹੋਇਆ ਸ਼ਬਦ ਤ੍ਰਿਲੋਚਨ ਦਾ ਹੈ ਤ੍ਰਿਲੋਚਨ ਦੇ ਸ਼ਬਦ ਵਿੱਚ ਵੀ ਇੱਕ ਨਾਮ ਆ ਗਿਆ ਜੈ ਦੇਵ ਜੈ ਚੰਦ ਪਰਮੇ ਭੂਲੀ ਰੇ ਜੈ ਚੰਦਾ ਜੈ ਚੰਦ ਮੈਂ ਕੁਦਰਤੀ ਗੱਲ ਸੀ ਸੋਚਾਂ ਮੈਂ ਜੈ ਚੰਦ ਦਾ ਨਾਮ ਕੀ ਹੈ ਕੌਣ ਹੈ ਜੈ ਚੰਦ ਇੱਥੇ ਤ੍ਰਿਲੋਚਨ ਜੈ ਚੰਦ ਨੂੰ ਕਿਉਂ ਸੰਬੋਧਨ ਕਰ ਰਿਹਾ ਹੈ ਵਿਚਾਰ ਤੋਂ ਬਾਅਦ ਟੂਕ ਤੋਂ ਬਾਅਦ ਪਤਾ ਲੱਗਾ ਵੀ ਜੈ ਚੰਦ ਵਕਤ ਦਾ ਰਾਜਾ ਹੈ ਰਾਜਨੀਤੀ ਦਾ ਬਸ ਔਰ ਸਮਕਾਲੀ ਨੇ ਤ੍ਰਿਲੋਚਨ ਦੇ ਟਾਈਮ ਤੇ ਇਹ 12ਵੀਂ ਸਦੀ ਦੇ ਅਖੀਰ ਦਾ ਇਤਿਹਾਸ ਹੈ ਕਰੀਬ ਗੁਰੂ ਨਾਨਕ ਤੋਂ 250 ਸਾਲ ਪਹਿਲਾਂ 12ਵੀਂ ਸਦੀ ਦੇ ਅਖੀਰ ਦਾ ਔਰ ਹਿਸਟਰੀ ਇਸ ਦੀ ਹਿਸਟਰੀ ਕਹਿੰਦੀ ਹੈ ਕਿ ਜੈਦੇਵ ਜਿਹੜਾ ਹੈ ਅਜੈ ਚੰਦ ਜਿਹੜਾ ਹੈ ਉਹ ਹਿੰਦੂ ਰਾਜਿਆਂ ਵਿੱਚੋਂ ਹਿੰਦੂ ਰਾਸ਼ਟਰ ਹਿੰਦੂ ਰਾਜ ਵਿੱਚੋਂ ਸਭ ਤੋਂ ਅਖੀਰਲਾ ਰਾਜਾ ਹੈ ਉਸ ਤੋਂ ਬਾਅਦ ਹਿੰਦੁਸਤਾਨ ਤੇ ਹਿੰਦੂ ਰਾਜ ਖਤਮ ਹੋ ਗਿਆ ਤੇ ਸਭ ਤੋਂ ਪਹਿਲਾਂ ਮੁਗਲੀਆ ਰਾਜ ਆਇਆ ਜੈ ਚੰਦ ਤੋਂ ਬਾਅਦ ਕਿਉਂਕਿ ਜੈ ਚੰਦ ਨੇ ਪ੍ਰਿਥਵੀ ਰਾਜ ਨੂੰ ਹਰਾਉਣ ਲਈ ਮੁਹੰਮਦ ਗੌਰੀ ਨੂੰ ਅਪਰੋਚ ਕੀਤਾ ਕਿਉਂਕਿ ਪ੍ਰਿਥਵੀ ਰਾਜ ਦੀ ਪ੍ਰਿਥਵੀ ਰਾਜ ਨੇ ਜੈ ਚੰਦ ਦੀ ਭੈਣ ਜ਼ਬਰਨ ਚੁੱਕ ਲਈ ਸੀ ਗੁੱਸਾ ਸੀ ਆਪਸੀ ਨਾਰਾਜ਼ਗੀ ਸੀ ਪ੍ਰਿਥਵੀ ਰਾਜ ਨੂੰ ਖਤਮ ਕਰਨ ਲਈ ਮੁਹੰਮਦ ਗੌਰੀ ਦਾ ਸਾਥ ਲਿਆ ਮੁਹੰਮਦ ਗੌਰੀ ਨੇ ਸਾਥ ਦੇ ਕੇ ਪਾਣੀਪਤ ਦੇ ਮੈਦਾਨ ਦੀ ਲੜਾਈ ਵਿੱਚ ਪ੍ਰਿਥਵੀ ਰਾਜ ਨੂੰ ਖਤਮ ਕੀਤਾ ਰਾਜਾ ਜੈ ਚੰਦ ਵੀ ਉਸ ਤੋਂ ਬਾਅਦ ਨਾਲ ਕੁਛ ਸਮੇਂ ਬਾਅਦ ਖਤਮ ਹੋ ਗਿਆ ਇਹ ਆਖਰੀ ਰਾਜਾ ਸੀ ਉਸ ਤੋਂ ਬਾਅਦ ਮੁਗਲੀਆ ਰਾਜ ਮੁਹੰਮਦ ਗੌਰੀ ਤੋਂ ਬਾਅਦ ਆ ਗਿਆ
लगातार करीब 750-800 साल लगभग हिंदुस्तान ते पहला मुगल ने मुड़ अंग्रेज ने राज किया है। ये हुण मुड़ राज आया है ना तक करीब 750-800 साल बाद। तो मैं हैरान होया जय चंद दा नाम क्यों ਚੰਦੀ ਜ਼ਬਾਨ ਤੇ ਆਇਆ ਜਿਵੇਂ ਗੁਰੂ ਨਾਨਕ ਦੀ ਜ਼ਬਾਨ ਤੇ ਪਾਪ ਕੀ ਜੰਗ ਲੈਂਦਾ ਕਾਬਲੋਂ ਆਇਆ ਬਾਬਰ ਬਾਣੀ ਦਾ ਨਾਮ ਆਇਆ ਕਿਉਂਕਿ ਮੈਂ ਰਾਤ ਵੀ ਅਰਜ਼ ਕੀਤੀ ਸੀ ਬਾਬਰ ਤੇ ਬ੍ਰਾਹਮਣ ਆਪਣੀ ਆਪਣੀ ਰਾਜਨੀਤਿਕ ਸਤਾ ਤੇ ਧਰਮ ਸਤਾ ਤੇ ਖਲੋ ਕੇ ਮਨੁੱਖਤਾ ਨਾਲ ਜ਼ੁਲਮ ਕਰਦੇ ਸਨ। ਇਸ ਲਈ ਜਿਹੜਾ ਮੁਕਾਬਲਾ ਸੀ ਗੁਰੂ ਨਾਨਕ ਦਾ ਬਾਬਰ ਨਾਲ ਵੀ ਸੀ ਬ੍ਰਾਹਮਣ ਨਾਲ ਵੀ ਸੀ। ਲਹਿਰ ਨੇ ਬਾਬਰ ਤੇ ਬ੍ਰਾਹਮਣ ਦੋਵਾਂ ਨੂੰ ਚੈਲੰਜ ਕੀਤਾ ਹੋਇਆ ਸੀ ਜਿਹੜਾ ਅੱਜ ਤੱਕ ਚੱਲਿਆ ਆ ਰਿਹਾ ਸਾਡੇ ਦੁਖਾਂਤ ਸਾਡੀ ਲਹਿਰ ਨੂੰ ਖਤਮ ਕਰਨ ਲਈ। ਇਸ ਸੰਘਰਸ਼ ਨੂੰ ਗੁਰੂ ਨਾਨਕ ਦੇ ਸੰਘਰਸ਼ ਗੁਰੂ ਨਾਨਕ ਦੇ ਸੰਦੇਸ਼ ਗੁਰੂ ਨਾਨਕ ਦੀ ਬਾਣੀ ਨੂੰ ਸਮਾਪਤ ਕਰਨ ਲਈ ਇੱਕ ਪਾਸੇ ਬਾਬਰ ਹੈ ਇੱਕ ਪਾਸੇ ਬ੍ਰਾਹਮਣ ਹੈ। ਉਹ ਅੱਜ ਵੀ ਚੱਲਿਆ ਉੱਧਰ ਤੇ ਮੈਂ ਕੀਤੀ ਸੀ ਜੇ ਕਦੀ ਪਿੱਛੇ ਜਾਣਾ ਤੇ 750-800 ਪਹਿਲਾਂ ਵੀ ਇਹੋ ਕੁਛ ਸੀ। ਹੁਣ ਇੱਥੇ 750 ਪਹਿਲਾਂ ਤ੍ਰਿਲੋਚਨ ਵੀ ਉਹੋ ਹੀ ਗੱਲਾਂ ਕਰ ਰਿਹਾ ਜੋ ਗੁਰੂ ਨਾਨਕ ਕਰ ਰਿਹਾ। ਹੁਣ ਗੁਰੂ ਨਾਨਕ ਵੀ ਆਖਦਾ ਕਿਸੇ ਕਿਸਮ ਦੀ ਜਿਹੜੀ ਬ੍ਰਾਹਮਣ ਇਜ਼ਮ ਦੀ ਚਾਲ ਗੁਰੂ ਨਾਨਕ ਨੇ ਦੇਖਿਆ ਬ੍ਰਾਹਮਣ ਇਜ਼ਮ ਦੇ ਪੈਦਾ ਕੀਤੇ ਹੋਏ ਜੀਵਨ ਸ਼ੈਲੀ ਨੂੰ ਵੇਖ ਵੇਖ ਕੇ ਭੋਗ ਭੋਗ ਕੇ ਮਨੁੱਖ ਦੁਖੀ ਹੋ ਰਿਹਾ ਜਿਹਨੂੰ ਕਰਮ ਕਾਂਡ ਆਪਣੇ ਅੱਜ ਵੀ ਅਸੀਂ ਆਖ ਰਹੇ ਹਾਂ ਕਰਮ ਕਾਂਡ ਬ੍ਰਾਹਮਣਿਜ਼ਮ ਦਾ ਕਰਮ ਕਾਂਡ ਸਾਡੇ ਵਿੱਚ ਫੈਲਿਆ। ਪਰ ਵੇਖ ਕਿਹੜੀ ਅਜੀਬ ਗੱਲ ਹੈ ਜਿਹੜੇ ਕਰਮ ਕਾਂਡ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ 750 ਵਰੇ ਬਾਅਦ ਵੀ ਇਸ ਸੰਘਰਸ਼ ਵਿੱਚ ਇਹੋ ਕਰਮ ਕਾਂਡ ਦੀ ਗੱਲ 750 ਵਰਾ ਪਹਿਲਾਂ ਬਾਬਾ ਨਾਮਦੇਵ ਤੇ ਤ੍ਰਿਲੋਚਨ ਵੀ ਕਰ ਰਹੇ ਨੇ। ਇਸ ਲਈ ਸਾਬਤ ਤੇ ਇਹ ਹੁੰਦਾ ਰਾਤ ਮੈਂ ਇੱਥੇ ਅਰਜ਼ ਕੀਤੀ ਸੀ ਇਸ ਨੂੰ ਆਰੰਭ ਕਰਨ ਲੱਗਿਆ ਇੱਥੋਂ ਸਾਬਤ ਇਹ ਹੁੰਦਾ ਵੀ ਇਹ ਸੰਘਰਸ਼ ਕੋਈ ਅੱਜ ਦਾ ਨਹੀਂ ਬੜਾ ਪੁਰਾਣਾ ਚੁਲਿਆ ਹੋਇਆ ਪਰ ਕਿਉਂ ਸਮਾਪਤ ਨਹੀਂ ਹੋਇਆ। ਲਓ ਇੱਥੇ ਰੁਕਣਾ ਰਾਤ ਵੀ ਆਇਆ ਸੀ ਹੈ ਆ ਹੁਣ ਸੰਘਰਸ਼ ਸ਼ੁਰੂ। ਜਦੋਂ ਅਸੀਂ ਵੇਖਦੇ ਹਾਂ ਹਰ ਪਾਸਿਓਂ ਆਵਾਜ਼ ਉੱਠਦੀ ਹੈ ਵੀ ਮਿਲ ਬੈਠ ਕੇ ਵਿਚਾਰ ਕਰੋ ਜੀ ਸੰਘਰਸ਼ ਖਤਮ ਹੋ ਗਏ ਕਹਿੰਦੇ ਨੇ ਹਰ ਪਾਸਿਓਂ। ਤੇ ਜੇ ਮਿਲ ਬੈਠ ਕੇ ਵਿਚਾਰ ਕਰਕੇ ਸੰਘਰਸ਼ ਕਰ ਖਤਮ ਕਰਨ ਦਾ ਮਸਲਾ ਹੁੰਦਾ ਤਾਂ ਨਾਮਦੇਵ ਦੇ ਮਨ ਸਮੇਂ ਨਾ ਆਇਆ ਤ੍ਰਿਲੋਚਨ ਦੇ ਸਮੇਂ ਨਾ ਆਇਆ। ਗੁਰੂ ਨਾਨਕ ਨੂੰ ਕਿਸੇ ਨੇ ਰਾਏ ਨਾ ਦਿੱਤੀ ਵੀ ਤੁਸੀਂ ਬ੍ਰਾਹਮਣ ਨਾਲ ਮਿਲ ਬੈਠ ਕੇ ਵਿਚਾਰ ਕਰ ਲਓ ਸੋਚਣ ਵਾਲੀ ਗੱਲ। ਹਰ ਕਲੇਸ਼ ਵਿੱਚੋਂ ਹਰ ਮਨੁੱਖ ਨਿਕਲਣਾ ਚਾਹੁੰਦਾ ਜੇ ਅੱਜ ਅਸੀਂ ਨਿਕਲਣਾ ਚਾਹੁੰਦੇ ਹਾਂ ਤਾਂ ਪਿਛਲੇ 500 ਵਰੇ ਅੰਦਰ ਕਦੇ ਕਿਸੇ ਨੇ ਨਾ ਸੋਚਿਆ ਨਾ ਗੁਰੂ ਨੇ ਸੋਚਿਆ ਨਾ ਸਿੱਖ ਨੇ ਸੋਚਿਆ ਵੀ ਇਹ ਸੰਘਰਸ਼ ਨੂੰ ਖਤਮ ਕੀਤਾ ਜਾਏ ਆਪਸ ਵਿੱਚ ਮਿਲ ਬੈਠ ਕੇ ਗੱਲ ਕਰ ਲਈ ਜਾਏ। ਇੱਥੋਂ ਸਾਬਤ ਹੁੰਦਾ ਕਿ ਸੱਚ ਤੇ ਝੂਠ ਕਦੀ ਨਹੀਂ ਮਿਲ ਬੈਠ ਸਕਦੇ ਵਿਚਾਰਧਾਰਕ ਟਕਰਾਓ। ਗੁਰੂ ਨਾਨਕ ਨੇ ਇੱਥੋਂ ਤੱਕ ਕਰ ਦਿੱਤਾ ਰਾਤੀ ਲਵਤ ਸਿੰਘ ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ ਉਹ ਵਿਖੇ ਉਸ ਰਾਮ ਕੋ ਰੰਗ ਕਹਿਣ ਲੱਗੀ ਇਹਨਾਂ ਦੋ ਵਿਚਾਰਧਾਰਾ ਨੂੰ ਇਕੱਠੀਆਂ ਕਿਵੇਂ ਕਰ ਸਕਦੇ ਹਾਂ। ਉਹਦਾ ਤਰੀਕਾ ਇੱਕੋ ਹੈ ਕਿ ਦੋਹਾਂ ਦੀ ਵਿਚਾਰਧਾਰਾ ਇੱਕ ਹੋ ਜਾਏ। ਅਸੀਂ ਵਾਰ ਵਾਰ ਕਿਉਂ ਆਖਦੇ ਹਾਂ ਜੇ ਭਲੇ ਉਹ ਇਸ ਸੰਘਰਸ਼ ਨੂੰ ਜੇ ਇਸ ਟਕਰਾਓ ਨੂੰ ਖਤਮ ਕਰਨਾ ਤੇ ਇੱਕੋ ਤਰੀਕਾ ਹੈ ਕਿ ਸਾਰੇ ਅਸੀਂ ਇੱਕ ਵਿਚਾਰਧਾਰਾ ਦੇ ਹੋਈਏ। ਉਹ ਤਾਂ ਹੀ ਹੋ ਸਕਦਾ ਜੇ ਇੱਕੋ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਤੇ ਆਓਗੇ ਕਿਉਂਕਿ ਜਿੰਨੀ ਵਿਚਾਰਧਾਰਾ ਹੈ ਉਹ ਹਮੇਸ਼ਾ ਗੁਰੂ ਤੋਂ ਸ਼ੁਰੂ ਹੁੰਦੀ ਗੁਰੂ
गुरु एक होएगा, विचारधारा एक हो जाएगी, टकराव खत्म हो जाएगा। ते नहीं तो जे ब्राह्मणिज्म ते गुरमत दा इज्म बराबर खड़ा रहे हम वो सामना ता ये 750 वर्ष खत्म नहीं होया। गल्ला ओहो नामदेव कर रहे हैं, गल्ला ओहो ही तलोचन कर रहे हैं। हाँ आज तलोचन का शब्द है, वो भी हो गलत है। अंतर मालिन निर्मल नहीं दीना बाहर बेखुदासी के बाहर ले कर्म कांड ना राती क्लासन कि ब्राह्मणिज्म की निशानी की है, उन्हें धर्म चिना ते खड़ा किया। गुरु नानक के धर्म की निशानी की है, उन्हें धर्म गुणा ते खड़ा किया। गुणा ते चिना का फर्क है। गुरु नानक ने आख्या धर्म वाले चंगे नेक गुण पैदा कर। ब्राह्मण कहता नहीं, तू मथे ते केका ला लै, गल च माला पा लै, धोती पा लै, धर्मी हो गयो, चिना ते खड़ा है। पर केड़ी अजीब गल है, ओ चिना वाला धर्म साडे विच प्रवेश हो रहा है। असीं भी कहने आ जे दाड़ा प्रकाश कर लै, सिर ते दस्तार सजा लै, उत्तों दी कृपान पा लै, बस तू सिख हो गया। ये तो ब्राह्मणिज्म है, चिना ते खड़ा कर दिता है। ते गुरु नानक ने खड़ा किया सी गुणा ते। ਗੁਰੂ ਨਾਨਕ ਕਹਿੰਦਾ ਨਹੀਂ, ਗੁਣਾਂ ਵਿੱਚ ਨਾਲ ਧਰਮ ਪੈਦਾ ਹੁੰਦਾ, ਚਿਹਨਾਂ ਨਾਲ ਨਹੀਂ। ਰਾਤ ਲਫ਼ਜ਼ ਆਏ ਸਨ ਕਿ ਗੁਰੂ ਨਾਨਕ ਨੇ ਆਖਿਆ ਪੜ ਪੁਸਤਕ ਸੰਧਿਆ ਮਾਧਿਮ ਸਿਲ ਪੂਜਿਸ ਮੁਗਲ ਸਮਾਧਿਮ ਮੁੱਖ ਝੂਠ ਪੇ ਭੁੱਖਣ ਸਾਰਿਮ ਤ੍ਰੈਪਾਲ ਤੇ ਗਲ ਮਾਲਾ ਤਿਲਕ ਲਲਾਟਿੰਗ ਦੋਇ ਧੋਤੀ ਵਸਤਰ ਕਪਾਟਿੰਗ ਜੈ ਜਾਨਸ ਬਰਮੰ ਕਰਮੰ ਸਭ ਫੋਕਰ ਮੇ ਚੋ ਕਰਮੰ। ਇਹ ਗੁਰੂ ਨਾਨਕ ਨੇ ਆਖਿਆ। ਕਿਹੜੀ ਅਜੀਬ ਗੱਲ ਹੈ, ਇਹ ਉਹ ਗੱਲ 250 ਗੁਰੂ ਨਾਨਕ ਤੋਂ ਵੀ 250 ਵਾਰ ਪਹਿਲਾਂ ਤ੍ਰਿਲੋਚਨ ਨੇ ਵੀ ਆਖ ਦਿੱਤੀ। ਉਹ ਵੀ ਕਹਿਣ ਲੱਗਾ ਅੰਤਰ ਮਲ ਨਿਰਮਲ ਨਹੀਂ ਕਹਿੰਦਾ ਬਾਹਰ ਭੇਖ ਉਦਾਸੀ। ਬਾਹਰੋਂ ਉਦਾਸੀਆਂ ਵਾਲਾ ਭੇਖ ਬਣਾ ਲਿਆ, ਲੰਬਾ ਚੌੜਾ ਪਾ ਲਿਆ, ਗੋਲ ਪੱਗ ਬਣ ਲਈ, ਗਲ ਵਿੱਚ ਮਾਲਾ ਪਾ ਲਈ, ਚਿਰ ਬਣਾ ਲੈ, ਅੰਦਰ ਮਹਿਲ ਹੈ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਪਿਛਲੇ ਦਿਨਾਂ ਵਿੱਚ ਬਹੁਤ ਸਮਾਂ ਪਹਿਲਾਂ, ਕਈ ਸਾਲ ਪਹਿਲਾਂ ਆ ਚੁੱਕਾ ਹੈ ਲੜੀ ਵਿੱਚ। ਉਹਦੇ ਵਿੱਚ ਬਾਬਾ ਕਬੀਰ ਜੀ ਨੇ ਇੱਕ ਲਫ਼ਜ਼ ਵਰਤਿਆ ਜਿਹੜਾ ਸਮਝਣਾ ਹੈ। ਕਹਿਣ ਲੱਗੇ ਚਿੰਨ ਬਣਾਉਣ ਨਾਲ ਲੋਕ ਤੇ ਖੁਸ਼ ਹੋ ਜਾਣਗੇ, ਬੜਾ ਸੋਹਣਾ ਸਿੱਖ ਹੈ ਜੀ, ਬੜਾ ਮਹਾਨ ਸਿੱਖ ਹੈ। ਵੇਖੋ ਬਾਣੇ ਸਿੱਖਾ, ਸਿੱਖੀ ਬਾਣੇ ਨੂੰ ਵੇਖ ਕੇ ਪਸੰਦ ਹੁੰਦਾ, ਔਰ ਇਸ ਲਈ ਬਾਣੇ ਦੀ ਮਹੱਤਤਾ ਬਾਣੀ ਨਾਲੋਂ ਜ਼ਿਆਦਾ ਬਣਾਈ ਜਾ ਰਹੀ ਹੈ। ਚਿੰਨਾਂ ਤੇ ਧਰਮ ਖੜਾ ਕੀਤਾ ਜਾ ਰਿਹਾ। ਪਰ ਬਾਬਾ ਕਬੀਰ ਜੀ ਨੇ ਇੱਕ ਲਫ਼ਜ਼ ਨਾਲ ਵਰਤੇ ਨੇ, ਬੜੇ ਖੂਬਸੂਰਤ ਲਫ਼ਜ਼। ਉਹ ਲਫ਼ਜ਼ ਹੈ ਨਾ ਹੀ ਰਾਮ ਏਆਣਾ, ਏਆਣੇ ਲਫ਼ਜ਼ ਨੂੰ ਸਮਝ ਲੈ। ਅੰਤਰ ਮਹਿਲ ਜੇ ਤੀਰਥ ਨਾ ਹੈ ਤਿਸ ਵੈਕੁੰਠ ਨਾ ਜਾਣਾ, ਲੋਕਪਤੀ ਨੇ ਕਛੂ ਨਾ ਹੋਵੇ। ਲੋਕ ਤਾਂ ਖੁਸ਼ ਹੋ ਜਾਣਗੇ ਤੇਰੀ ਸ਼ਕਲ ਨੂੰ, ਤੇਰੇ ਬਾਣੇ ਨੂੰ ਵੇਖ ਕੇ, ਕਿ ਤੂੰ ਬੜਾ ਮਹਾਨ ਹੈ, ਬੜਾ ਖੂਬਸੂਰਤ ਲੱਗਣਾ। ਪਰ ਖਿਆਲ ਕਰੀ ਰੱਬ ਜਿਹੜਾ ਹੈ ਉਹ ਬੱਚਾ ਨਹੀਂ, ਆ ਲਫ਼ਜ਼ ਜਿਹੜਾ ਰਹੀ ਰਾਮ ਏਆਣਾ ਬੱਚਾ ਨਹੀਂ, ਕਿਉਂਕਿ ਬੱਚਾ ਜਿਹੜਾ ਹੈ ਉਹ ਖਿਡੌਣਿਆਂ ਨਾਲ ਖੇਡਦਾ ਹੈ। ਲਓ ਫਰਕ ਕੀ ਹੈ, ਤੇ ਖਿਡੌਣੇ ਕੀ ਹੁੰਦੇ ਨੇ, ਉਹਨਾਂ ਦੇ ਅੰਦਰ ਜਾਨ ਨਹੀਂ ਹੁੰਦੀ। ਅੱਜ ਆ ਖਿਡੌਣੇ ਬਣਾਉਂਦਾ ਹੈ ਨਾ, ਉਹਦੇ ਕੋਲ ਪੁੱਛੋ, ਉਹ ਬਹੁਤ ਸਾਰੀ ਤੂੜੀ ਭਰ ਦਿੰਦਾ, ਕੱਪੜੇ ਦਾ ਇੱਕ ਆਕਾਰ ਬਣਾ ਕੇ ਅੰਦਰ ਤੂੜੀ ਭਰ ਦਿੰਦਾ,
ਕਾਕੜਨਾ ਭਰ ਦਿੰਦਾ ਅਤੇ ਬਾਹਰੋਂ ਬੜਾ ਸੋਹਣਾ ਪਸ਼ਮੀਨੇ ਦਾ ਕੱਪੜਾ ਪਵਾ ਕੇ ਇੱਕ ਗੁੱਡੀ ਬਣਾ ਦਿੰਦਾ ਹੈ, ਡਾਲ ਬਣਾ ਦਿੰਦਾ। ਬਾਹਰੋਂ ਵੇਖਣ ਨੂੰ ਤਾਂ ਬੜੀ ਸੋਹਣੀ ਲੱਗਦੀ, ਅੰਦਰ ਕੁਝ ਵੀ ਨਹੀਂ, ਅੰਦਰ ਤੂੜੀ ਭਰ ਗਈ। ਪਰ ਬੱਚਾ ਹੈ ਨਾ, ਉਹਨੂੰ ਵੇਖ ਕੇ ਖੁਸ਼ ਹੈ, ਉਹਨੂੰ ਅੰਦਰ ਨਾਲ ਕੀ, ਉਹ ਤੇ ਬਾਹਰੋਂ ਖੂਬਸੂਰਤੀ ਦਿਸਦੀ ਹੈ। ਹੁਣ ਬੱਚੇ ਖਿਡੌਣਿਆਂ ਨਾਲ ਕਿਉਂ ਖੇਡਦੇ ਨੇ? ਕਿਉਂਕਿ ਬਾਹਰੋਂ ਖਿਡੌਣੇ ਜਿਹੜੇ ਨੇ ਬੜੇ ਖੂਬਸੂਰਤ ਬਣਾਏ ਹੁੰਦੇ ਨੇ, ਅੰਦਰ ਕੁਝ ਵੀ ਨਹੀਂ ਹੁੰਦਾ। ਮੰਦਰਾਂ ਵਿੱਚ ਜਾਓ, ਪੱਥਰ ਦੇ ਬੁੱਤ ਬਣਾਏ ਹੋਏ ਨੇ, ਮੂਰਤੀਆਂ ਬਣਾਈਆਂ ਹੋਈਆਂ ਨੇ, ਉਹਨਾਂ ਤੇ ਬੜੇ ਖੂਬਸੂਰਤ ਕੱਪੜੇ ਪਹਿਨਾ ਦਿੱਤੇ ਜਾਂਦੇ ਨੇ। ਬਣਾਉਣ ਵਾਲੇ ਨੂੰ, ਲਿਆਉਣ ਵਾਲੇ ਨੂੰ ਵੀ ਪਤਾ ਹੈ ਕਿ ਕਦੀ ਇਹ ਪੱਥਰ ਪਹਾੜਾਂ ਦੀਆਂ ਕੰਦਰਾਂ ਵਿੱਚ, ਪਹਾੜਾਂ ਦੇ ਪੇੜਾਂ ਦੇ ਬਾਹਰ ਇਹਨੇ ਸੁੱਟਿਆ ਹੋਇਆ ਸੀ, ਉੱਥੋਂ ਚੁੱਕ ਕੇ ਲੈ ਜਾਂਦਾ ਕਿਸੇ ਨੇ। ਤਰਾਸ਼ਣ ਵਾਲੇ ਨੇ ਇਹਦੇ ਸੀਨੇ ਤੇ ਪੈਰ ਧਰਿਆ। ਬਾਬਾ ਕਬੀਰ ਜੀ ਨੇ ਬਹੁਤ ਸਾਰੇ ਸ਼ਬਦ ਐਸੇ ਕੀਤੇ ਨੇ, ਬਖਾਣ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ ਛੱਤ। ਜਿਹੜਾ ਮੂਰਤੀ ਘੜਨ ਵਾਲਾ ਨਾ, ਇੱਕ ਪੈਰ ਉੱਪਰ ਰੱਖਦਾ ਪੱਥਰ ਦੇ ਤੇ ਇੱਕ ਥੱਲੇ ਰੱਖਦਾ ਤੇ ਛੈਣੀ ਨਾਲ ਘੜਦਾ। ਤੇ ਬਾਬਾ ਕਬੀਰ ਕਹਿੰਦੇ ਹੈ ਉੱਥੇ ਤੇਰਾ ਭਗਵਾਨ ਨਾਰਾਜ਼ ਹੀ ਨਹੀਂ ਹੁੰਦਾ, ਉਹਨੂੰ ਖਿਆਲ ਹੀ ਨਹੀਂ ਆਉਂਦਾ ਕਿ ਮੇਰੀ ਬੇਅਦਬੀ ਪਿਆ ਕਰਦਾ, ਮੇਰੇ ਤੇ ਇਹਨੇ ਪੈਰ ਧਰਿਆ ਹੋਇਆ। ਪਰ ਭਗਵਾਨ ਹੋਵੇ ਤਾਂ ਅਜੇ ਤਾਂ ਭਗਵਾਨ ਉਸ ਬੁੱਤ ਤਰਾਸ਼ ਨੇ ਬਣਾਉਣਾ, ਅਜੇ ਭਗਵਾਨ ਤਾਂ ਬਣਿਆ ਨਹੀਂ, ਅਜੇ ਤਾਂ ਪੱਥਰ। ਜਦੋਂ ਉਸ ਪੱਥਰ ਨੂੰ ਘੜ ਕੇ ਉਹਦੇ ਵਿੱਚੋਂ ਕੋਈ ਮੂਰਤੀ ਚਿੱਤਰ ਲੈਂਦਾ, ਫਿਰ ਉਹ ਬ੍ਰਾਹਮਣ ਨੂੰ ਕਹਿੰਦਾ ਆ ਮੈਂ ਤੇਰੇ ਲਈ ਭਗਵਾਨ ਬਣਾ ਦਿੱਤਾ। ਇਹਦੀ ਅਜੀਬ ਗੱਲ, ਭਗਵਾਨ ਨੇ ਸਾਨੂੰ ਬਣਾਇਆ, ਲੋਕ ਕਹਿੰਦੇ ਨੇ, ਗੁਰੂ ਆਖਦਾ ਨਹੀਂ ਭਗਵਾਨ ਨੇ ਤੈਨੂੰ ਬਣਾਇਆ, ਤੇ ਪੱਥਰ ਘਾੜਾ ਕਹਿੰਦਾ ਨਹੀਂ ਮੈਂ ਭਗਵਾਨ ਬਣਾਇਆ। ਉਹਨੇ ਪੱਥਰ ਦਾ ਭਗਵਾਨ ਬਣਾ ਦਿੱਤਾ, ਬ੍ਰਾਹਮਣ ਨੂੰ ਮੁਖਾਤਬ ਕੀਤਾ ਆ ਲੈ ਜਾ ਮੈਂ ਤੇਰੇ ਲਈ ਭਗਵਾਨ ਬਣਾ ਦਿੱਤਾ। ਤੇ ਉਹ ਵੀ ਲਿਆ ਕੇ ਉਦੋਂ ਤੱਕ ਪੱਥਰ ਹੀ ਸਮਝਦਾ, ਜਦੋਂ ਆ ਕੇ ਸਥਾਪਿਤ ਕਰ ਦਿੰਦਾ ਨਾ ਮੂਰਤੀ ਨੂੰ, ਫਿਰ ਉਹਨੂੰ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਨਾਲ ਸ਼ਿੰਗਾਰ ਦਿੰਦਾ। ਹੁਣ ਕਿਹੜੀ ਅਜੀਬ ਗੱਲ ਹੈ, ਬਣਾਉਣ ਵਾਲੇ ਨੂੰ ਵੀ ਪਤਾ ਮੈਂ ਪੱਥਰ ਤੋਂ ਘੜਿਆ ਬਣਾਇਆ, ਲਿਆਉਣ ਵਾਲੇ ਬ੍ਰਾਹਮਣ ਨੂੰ ਵੀ ਪਤਾ ਹੈ ਕਿ ਇੱਥੇ ਸਥਾਪਿਤ ਕਰਨ ਤੋਂ ਪਹਿਲਾਂ ਪੱਥਰ ਵਿੱਚੋਂ ਕੱਢ ਕੇ ਲਿਆਉਂਦਾ। ਪਰ ਕਿਹੜੀ ਅਜੀਬ ਗੱਲ ਹੈ, ਜਿਹੜਾ ਸ਼ਰਧਾ ਨਾਲ ਜਾ ਕੇ ਨਮਸਕਾਰ ਕਰ ਰਿਹਾ, ਬਹੁਤ ਸਾਰੀ ਭੇਟਾਂ ਵੀ ਨਮਸਕਾਰ ਕਰ ਰਿਹਾ, ਉਹਨੂੰ ਉਹ ਸਮਾਂ ਪਤਾ ਹੀ ਨਹੀਂ, ਉਹਨੇ ਘੜਦਾ ਵੇਖਿਆ ਹੀ ਨਹੀਂ, ਉਹਨੇ ਤਾਂ ਸਜਾਇਆ ਹੋਇਆ ਵੇਖਿਆ, ਉੱਥੇ ਸਜਾਇਆ ਗਿਆ। ਗੁਰੂ ਕਹਿੰਦੇ ਨੇ ਲਫ਼ਜ਼, ਬਾਬਾ ਕਬੀਰ ਜੀ ਦੇ ਕਹਿੰਦੇ, ਲੋਕ ਤੇ ਖੁਸ਼ ਹੋ ਸਕਦੇ ਨੇ ਖਿਡੌਣੇ ਨੂੰ ਵੇਖ ਕੇ, ਰੱਬ ਕੋਈ ਇਹ ਆਨਾ ਨਹੀਂ, ਰੱਬ ਕੋਈ ਬੱਚਾ ਨਹੀਂ ਜਿਹਨੂੰ ਤੁਸੀਂ ਖਿਡੌਣਿਆਂ ਨਾਲ ਖੁਸ਼ ਕਰ ਲਓਗੇ। ਉਹਨਾਂ ਹਰਤੀ ਦੇਖਦਾ ਬਾਬਾ ਤੇ ਕਿਉਂ ਕਹਿੰਦਾ ਉਹ ਭਰਿਆ, ਕਿਹੜੀ ਅਜੀਬ ਗੱਲ ਹੈ, ਜਿਹਨੇ ਸੂਰਜ ਤੇ ਚੰਦਰਮਾ ਬਣਾਏ ਨੇ ਉਹਦੇ ਸਾਹਮਣੇ ਤੂੰ ਇਹਨੂੰ ਕੁਦ ਇੰਨਾ ਕੁ ਦੀਵਾ ਲਾਇਆ, ਇਹ ਤਾਂ ਹੀ ਰੀਝੇਗਾ ਜੇ ਉਹ ਬੱਚਾ ਹੋਏਗਾ। ਹੁਣ ਪਿਓ ਪਿਤਾ ਤਾਂ ਕਾਰ ਚਲਾ ਰਿਹਾ, ਅਸੀਂ ਹਜ਼ਾਰ ਵੀਹ ਲੱਖ ਦੀ ਡਾਲਰ ਦੀ, ਤੇ ਜਦੋਂ ਬੱਚਾ ਉਹ ਕਾਰ ਦਾ ਸਿਰ ਤੇ ਹੱਥ ਪਾਉਂਦਾ ਤੇ ਚਾਬੀ ਮੰਗਦਾ, ਕਹਿੰਦਾ ਲੈ ਮੈਂ ਤੈਨੂੰ ਬਾਜ਼ਾਰੋਂ ਛੋਟੀ ਜਿਹੀ ਕਾਰ ਲਿਆ ਦੇਣਾ, ਤੂੰ ਇਹਦੇ ਨਾਲ ਹੀ ਖੁਸ਼ ਹੈ, ਉਹ ਉਸ ਨਾਲ ਖੁਸ਼ ਹੈ, ਬੱਚਾ ਹੀ ਖੁਸ਼ ਹੋ ਸਕਦਾ ਹੈ। ਗੁਰੂ ਕਹਿੰਦੇ ਨੇ ਮੈਨੂੰ ਤਾਂ ਇਹ ਦਿਸਦਾ, ਬਾਬਾ ਕਬੀਰ ਕਹਿੰਦੇ ਨੇ ਮੈਨੂੰ ਤਾਂ ਇਹ ਦਿਸਦਾ ਤੁਸੀਂ ਰੱਬ ਨੂੰ ਵੀ ਬੱਚਾ ਹੀ ਸਮਝ ਰਹੇ ਹੈ, ਵੀ ਉਹ ਸੂਰਜ ਚੰਦਰਮਾ ਬਣਾਉਣ ਵਾਲਾ ਤੁਹਾਡੇ ਐਡੇ ਕੁ ਦੀਵੇ ਤੇ ਖੁਸ਼ ਪਿਆ ਹੁੰਦਾ, ਖਿਡੌਣਾ ਹੈ ਖਿਲ ਕੇ ਰੱਬ ਨੂੰ ਵੀ ਆਣਾ ਨਾ ਸਮਝ, ਰੱਬ ਨੂੰ ਬੱਚਾ ਨਾ ਸਮਝ, ਉਹ ਤੇਰਾ ਕਰਤਾ ਹੈ। ਪਰ ਬ੍ਰਹਮਨਿਜ਼ਮ ਨੇ ਰੱਬ ਨੂੰ ਅਕਾਲ ਪੁਰਖ ਨੂੰ ਬੱਚਾ ਬਣਾ ਕੇ ਰੱਖ ਦਿੱਤਾ ਹੈ, ਤੇ ਕਰਮ ਕਾਂਡ ਉਹਦੇ ਸਾਹਮਣੇ ਖਿਡੌਣੇ ਰੱਖ ਦਿੱਤੇ ਨੇ, ਜਿਹੜੇ ਕਰਮ ਕਾਂਡ ਦੇ ਖਿਡੌਣੇ ਨਾਲ ਅਸੀਂ ਵੀ ਰੱਬ ਨੂੰ ਰਿਝਾਉਣਾ ਚਾਹੁੰਦੇ ਹਾਂ। ਸਾਡੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਹਿਣ ਲੱਗਿਆਂ ਸਾਡੇ ਲਈ ਮੁਸ਼ਕਲ ਬਣ ਜਾਂਦੀ ਕਿ ਲੋਕ ਜਿਹੜੇ ਖਿਡੌਣਿਆਂ ਨਾਲ ਖੇਡਣ ਵਾਲੇ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ,
आपा युद्धजीत सिंह दे या पंकजीत सिंह दे परेशानी आ रही है क्यों आ रही है क्योंकि उन्होंने सच दी एक बड़ी गल्ला कही है जिहड़ियां हजम नहीं खिडाउंदियां नाल खेडण वाले नूं हजम नहीं हुंदी उन्हां कर्म कांडी लोगां नूं कोल बर्दाश्त नहीं हुंदी सुपनेओ बाबा त्रिलोचन जी दे भी आ लफ्ज़ मैं आखिरी लफ्ज़ां ते पुज्जो सुनोगे बड़े खूबसूरत और एक एग्जाम्पल ने वो लफ्ज़ की है आखिरी लाइन सारा शब्द तो बहुत लंबा पर आखिरी लाइन जिहड़ी है उहदे विच एक लफ्ज़ वरते है जिहड़ा साडे तुहाडे सारिआं नाल सांझ रखदा है बहुत सारे किसान वीर किसानी दे किते विचों बाहर आए ने उन्हां नूं पता है हुण ते नहीं कंबाइना आ गईआं सिद्धे दाणे बाहर कढ ले जांदे ने ਤੂੜੀ ਵੱਖਰੀ ਹੋ ਜਾਂਦੀ ਨਹੀਂ ਤਾਂ ਬਜ਼ੁਰਗਾਂ ਨੂੰ ਪਤਾ ਹੈ ਜ਼ਿਮੀਂਦਾਰ ਕਣਕ ਵੱਢਣ ਤੋਂ ਬਾਅਦ ਉਹਦੇ ਖਿਲਵਾੜੇ ਲਾਉਂਦੇ ਮੰਡਲੀਆਂ ਤੋਂ ਖਿਲਵਾੜੇ ਬਣਨੇ ਫਿਰ ਕੁਛ ਦਿਨਾਂ ਬਾਅਦ ਜਦੋਂ ਉਹਨੂੰ ਹਵਾ ਲੱਗ ਜਾਣੀ ਧੁੱਪ ਲੱਗ ਜਾਣੀ ਉਹਨੇ ਸੁੱਕ ਜਾਣਾ ਫਿਰ ਉਹਦਾ ਗਾਹ ਪਾਉਣਾ ਕਿਉਂਕਿ ਸੁੱਕੇ ਪਰਾਲੀ ਵਿੱਚੋਂ ਹੀ ਗਾਹ ਪਾਇਆ ਦਾਣੇ ਨਿਕਲਦੇ ਨੇ ਦਿੱਲੀ ਚੋਂ ਨਹੀਂ ਬਲਕਿ ਕਈਆਂ ਨੂੰ ਯਾਦ ਹੋਗਾ ਜੇ ਕਦੀ ਅਚਾਨਕ ਗਾਹ ਪੈਂਦੇ ਆ ਬਾਰਿਸ਼ ਪੈ ਜਾਏ ਤੇ ਫਿਰ ਉਡੀਕਣਾ ਪੈਂਦਾ ਸੀ ਕਦੋਂ ਤੱਕ ਇਹ ਸੁੱਕ ਜਾਏ ਪਰ ਇੱਕ ਖਿਆਲ ਕਰਿਓ ਬਾਬਾ ਤ੍ਰਿਲੋਚਨ ਇਹ ਗੱਲ ਕਿਵੇਂ ਆਖ ਰਿਹਾ ਹੈ ਔਰ ਕਿੱਡੀ ਸਦੀਆਂ ਪਹਿਲਾਂ ਪਿਆ ਆਖਦਾ ਗਾਹ ਪਾਉਂਦਾ ਉਸੇ ਹੀ ਪਰਾਲੀ ਉਸੇ ਹੀ ਢੰਗ ਨਾਲ ਹੈ ਪਹਿਲਾਂ ਵੇਖਦਾ ਹੈ ਵੱਢਣ ਤੋਂ ਪਹਿਲਾਂ ਵੀ ਦੇਖਦਾ ਵੀ ਸਿੱਟੇ ਵਿੱਚ ਦਾਣਾ ਪੈ ਗਿਆ ਉਹਨੂੰ ਕਹਿੰਦੇ ਨੇ ਕਣ ਜੇ ਸਿੱਟੇ ਵਿੱਚ ਅਜੇ ਕਣੀ ਨਾ ਹੋਵੇ ਦਾਣਾ ਹੀ ਨਾ ਪਿਆ ਹੋਵੇ ਤੇ ਇਕੱਲੀ ਪਰਾਲੀ ਨੂੰ ਗਾਹ ਪਾਉਣ ਨਾਲ ਕਿਸੇ ਦੇ ਹੱਥ ਅਨਾਜ ਆ ਜਾਏਗਾ ਕਿਸਾਨ ਦੀ ਸਿਆਣਪ ਕੀ ਹੈ ਉਹ ਵੇਖਦਾ ਹੈ ਮੈਂ ਕਣਕ ਵੱਢਣ ਤੋਂ ਪਹਿਲਾਂ ਵੇਖਾਂ ਕਣਕ ਪੱਕ ਗਈ ਹੈ ਉਹਦੇ ਵਿੱਚ ਦਾਣਾ ਪੱਕ ਗਿਆ ਜੇ ਦਾਣਾ ਹੈ ਤਾਂ ਮੇਰੇ ਹੱਥ ਗਾਹ ਤੋਂ ਬਾਅਦ ਕੁਝ ਪੈਣਾ ਨਹੀਂ ਤੇ ਮੇਰੀ ਨਿਰੀ ਪਰਾਲੀ ਨੂੰ ਜਿੰਨਾ ਮਰਜ਼ੀ ਗਾਹੀ ਜਾਏ ਜਿੰਨਾ ਮਰਜ਼ੀ ਗਾਹੀ ਜਾਏ ਉਹਦੇ ਵਿੱਚ ਦਾਣਾ ਤਾਂ ਹੈ ਹੀ ਨਹੀਂ ਤੇ ਇਹੋ ਗੱਲ ਬਾਬਾ ਤ੍ਰਿਲੋਚਨ ਨੇ ਆਖੀ ਕਹਿਣ ਲੱਗੇ ਜਿਹੜੇ ਤੂੰ ਕਰਮ ਕਾਂਡ ਕਰ ਰਿਹਾ ਨਾ ਜਿਹੜੇ ਤੂੰ ਦਿਖਾਵੇ ਦਾ ਧਰਮ ਕਮਾ ਰਿਹਾ ਨਾ ਮੈਨੂੰ ਇਉਂ ਦਿਸਦਾ ਹੈ ਤੁਹਾਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚੋਂ ਰੱਬ ਮਿਲਣਾ ਕਿ ਨਹੀਂ ਮਿਲਣਾ ਇਹਦੇ ਵਿੱਚੋਂ ਧਰਮ ਦੇ ਗੁਣ ਮਿਲਣੇ ਨੇ ਕਿ ਨਹੀਂ ਮਿਲਣੇ ਤੂੰ ਤਾਂ ਇਹੋ ਹੀ ਹੈ ਬਿਨਾਂ ਕਣ ਤੋਂ ਹੀ ਗਾਹ ਪਾਇਆ ਹੋਇਆ ਹੈ ਉਹ ਭਲਿਆ ਬਿਨਾਂ ਕਣ ਤੋਂ ਗਾਹ ਪਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਬਿਨਾਂ ਗੁਣਾਂ ਤੋਂ ਬਿਨਾਂ ਗਿਆਨ ਤੋਂ ਸਮਝੇ ਕੋਈ ਕਰਮ ਕੀਤੇ ਹੋਏ ਧਰਮ ਦੇ ਨਾਮ ਥੱਲੇ ਨਿਸਫਲ ਹੋ ਜਾਣਗੇ ਤੂੰ ਜੀਵਨ ਬਰਬਾਦ ਕਰ ਲਏਗਾ ਪਰ ਤੇਰੇ ਹੱਥ ਪੱਲੇ ਕੁਝ ਨਹੀਂ ਪੈਣਾ ਇਹ ਬਾਬਾ ਤ੍ਰਿਲੋਚਨ ਦਾ ਇਸ ਸ਼ਬਦ ਦੇ ਆਖਰੀ ਲਾਈਨ ਵਿੱਚ ਫੈਸਲਾ ਹੈ ਕਹਿ ਦਿੰਦੇ ਨੇ ਲੱਗ ਕੇ ਅਸੀਂ ਧਰਮ ਦੇ ਨਾਂ ਤੇ ਕਰਮ ਕਮਾ ਰਹੇ ਹਾਂ ਨਾ ਧਰਮ ਹੈ ਗੁਰਦੁਆਰੇ ਜਾਣਾ ਹੈ ਅਸ ਧਰਮ ਹੈ ਮੱਥਾ ਟੇਕਣਾ ਹੈ
प्रसाद कराना है। ये अजीब गल है, वो भलिया प्रसाद लिए कणक किन्ने बनाई है, ये धरती ना होंगी पैदा किमें होंगी, धरती तू बनाई क्यों, किन्ने बनाया है खंड किन्ने बनाई, कितों बनी, ते जिस मालिक ने सारी सृष्टि ली कणक पैदा करन दे सुखां दे समान धरती पैदा कर दिती है, वो तेरे इस कड़ा प्रसाद का मुहताज है, ये ना विश्वास रख, ये गल वक्री है कि तू इस, मैं एक बार अर्थ भी की थी कि इन सारिया गल्लां साड़िया जीवन दियां लोड़ां सन जिन्हों असी धर्म बना रहे हैं। गुरु घर अंदर कड़ा प्रसाद की मर्यादा क्यों गुरु साहब ने चलाई सी कि पहला बाणी अमृत भोजन है, इन आत्मा बलवान करे, आत्मा बलवान करे, उदो हर गरीब सिख के घर अंदर यह कुछ होवे ना होवे, ते जिस वेले भोग पै जाए लोग कम्मा करा वाले सिद्धे, अज भी कम्मा तो गुरुद्वारे मत्था टेक के चले जाते, ताकि उस तो बाद उन्हों शरीरक शक्ति भी चाहिए, दोवें भोजन इतों मिल रहे, ते सब तो वधी वधिया शरीरक भोजन जिहड़ा वो कड़ा प्रसाद सी, उदों वो नहीं सन लोग कहिंदे वी चलो आउणा ते हुण कहिंदे जी वसै नक, उदों रज के छकदे सन, उहनां दा मतलब इहो हुंदा सी कि इह शरीर जिवें सतगुरू ने अपनी बाणी विच आख दित्ता है ना, कर इशनान सिमर प्रभुना मन तन भय अरोगा, मन ते तन दी शक्ति दा स्थान बनाया सी सतसंगत, इत्थे आ के बाणी नाल आत्मक शक्ति पैदा कर, ते तू विहार ते जान लग्या सिख मेरा मेरा आत्मक शक्ति वाला ना होवे, तन दी शक्ति भी उंदे कोल होवे, इसलिए सब तो चंगी खुराक मन के कड़ा प्रसाद दी देव दी मर्यादा बनाई सी, असी चुक के उन्हूं धर्म दा हिस्सा बना लिया, वह गल छड़ दित्ती, असी समझिया खोरे प्रसाद भेट कीते रब राजी हुंदा, वो भरिया तेरे तन दी शक्ति वास्ते रब राजी हुंदा, हो रब जिन्हें सब को बनाया, जिन्हें धरती ना बनाई होंगी टुकड़ा प्रसाद तू भी ना चक सकना, सही ना गलों असी कर्मकांड विचों बाहर निकल के सद, लेकिन जेडे कर्मकांडी लोग ने वह इस गल से भी देखो जी कड़ा प्रसाद भेद भी करती है, गल कह के सच्चाई नहीं समझनी, असलीयत नहीं समझनी, हर चीज न धर्म के अंदर प्रवेश करके कर्मकांड बना देना है, उनके अधीन फिर लड़ी जाना है झगड़ी जाना है, सुगुरु बख्शिश करे, ज्ञान का अर्थ ही यो है कि जो काम तू करें उनका तेन पता हो कर रहा है, ये ना हो कण बिने गाह के पाए, तेन पता ही ना हो गाह तो पाया हो कण भी है पराली बच के नहीं, तेन पता हो कण है, इन्हों शब्दों फतेह बुलाओ, वाहेगुरु जी का खालसा वाहेगुरु जी।